ਇਹ ਵੀਡੀਓ ਹੈ ਬੁਲਟ ਦੇ ਸ਼ੋਰੂਮ ਦੀ। ਸ਼ੋਰੂਮ ਦੇ ਵਿੱਚ ਬੁਲਟ ਦੇਖਣ ਦੇ ਲਈ ਹਜ਼ਾਰਾਂ ਲੋਕ ਇੱਕ ਦਿਨ ਦੇ ਵਿੱਚ ਜ਼ਰੂਰ ਆਉਂਦੇ ਨੇ, ਪਰ ਕੀਮਤ ਦੇ ਪੁੱਛਣ ਤੋਂ ਬਾਅਦ ਹੀ ਚਲੇ ਜਾਂਦੇ ਨੇ ਖਾਲੀ ਹੱਥ। ਪਰ ਇੱਕ ਵਿਅਕਤੀ ਦੇ ਵੱਲੋਂ ਇੱਕ ਨਹੀਂ, ਦੋ ਨਹੀਂ, ਸਗੋਂ ਪੰਜ ਬੁਲਟ ਇੱਥੋਂ ਲਿਜਾਏ ਗਏ ਨੇ। ਦੱਸਾਂਗੇ ਆਖਿਰਕਾਰ ਇਹ ਪੂਰੀ ਕਹਾਣੀ ਕੀ ਹੈ ਅਤੇ ਕਿਵੇਂ ਰਾਤ ਦੇ ਸਮੇਂ ਲਿਜਾਏ ਗਏ ਨੇ। ਪਰ ਉਸ ਤੋਂ ਪਹਿਲਾਂ ਦੇਖ ਲਵੋ ਇਹ ਸਾਰੀ ਵੀਡੀਓ, ਜਿਸ ਦੇ ਵਿੱਚ ਇੱਕ ਨਹੀਂ ਸਗੋਂ ਪੰਜ ਪੰਜ ਬੁਲਟ ਇੱਕੋ ਸਮੇਂ 'ਤੇ ਲਿਜਾਏ ਗਏ। ਇੱਕੋ ਸਮੇਂ 'ਤੇ ਪੰਜ ਪੰਜ ਬੁਲਟ ਲੈ ਕੇ ਜਾਣ ਵਾਲਾ ਇਹ ਕੋਈ ਅਮੀਰ ਜ਼ਾਦਾ ਨਹੀਂ, ਸਗੋਂ ਇੱਕ ਪੇਸ਼ਾਵਰ ਚੋਰ ਦੱਸਿਆ ਜਾ ਰਿਹਾ ਹੈ। ਇਹਨਾਂ ਚੋਰਾਂ ਦੇ ਵੱਲੋਂ ਰਾਤ ਦੇ ਸਮੇਂ ਦੇ ਵਿੱਚ ਪੰਜ ਪੰਜ ਬੁਲਟ ਮੋਟਰਸਾਈਕਲ ਉਡਾ ਲਏ ਗਏ ਅਤੇ ਆਸਾਨੀ ਦੇ ਨਾਲ ਉਹ ਉਹਨਾਂ ਨੂੰ ਲੈ ਕੇ ਵੀ ਚਲੇ ਗਏ। ਵੀਡੀਓ ਦੇ ਵਿੱਚ ਤੁਸੀਂ ਦੇਖ ਹੀ ਚੁੱਕੇ ਹੋ ਕਿ ਕਿਵੇਂ ਸ਼ੋਰੂਮ ਦੇ ਅੰਦਰ ਜਾਂਦੇ ਨੇ, ਉਸ ਤੋਂ ਬਾਅਦ ਬੁਲਟ ਪਸੰਦ ਕਰਦੇ ਨੇ, ਫਿਰ ਇੱਕ ਇੱਕ ਕਰਕੇ ਪੰਜ ਬੁਲਟ ਅਤੇ ਮੋਟਰਸਾਈਕਲ ਉੱਥੋਂ ਲੈ ਕੇ ਚਲੇ ਜਾਂਦੇ ਨੇ। ਦੱਸ ਦਈਏ ਕਿ ਤਿੰਨ ਨਵੇਂ ਬੁਲਟ ਲੈ ਕੇ ਗਏ ਅਤੇ ਦੋ ਪੁਰਾਣੇ ਮੋਟਰਸਾਈਕਲ ਸੀ ਜਿਹੜੇ ਕਿ ਇੱਥੇ ਰਿਪੇਅਰ ਹੋਣ ਦੇ ਲਈ ਆਏ ਹੋਏ ਸਨ। ਦੱਸ ਦਈਏ ਕਿ ਉਹ ਪੁਰਾਣੇ ਦੋ ਮੋਟਰਸਾਈਕਲ ਬਰਾਮਦ ਕਰ ਲਏ ਗਏ ਨੇ ਪੁਲਿਸ ਦੇ ਵੱਲੋਂ, ਕਿਉਂਕਿ ਇਹ ਚੋਰ ਉਹਨਾਂ ਨੂੰ ਕੁਝ ਹੀ ਦੂਰੀ 'ਤੇ ਖੇਤਾਂ ਦੇ ਵਿੱਚ ਛੱਡ ਗਏ ਸਨ, ਅਤੇ ਬਾਕੀ ਦੇ ਨਵੇਂ ਤਿੰਨ ਬੁਲਟ ਜਿਨ੍ਹਾਂ ਦੀ ਕੀਮਤ ਲੱਖਾਂ ਰੁਪਏ ਦੇ ਵਿੱਚ ਆ, ਉਹ ਲੈ ਕੇ ਆਸਾਨੀ ਦੇ ਨਾਲ ਫਰਾਰ ਹੋਵੇ। ਗਾਰਡ ਦੇ ਵੱਲੋਂ ਦੱਸਿਆ ਗਿਆ ਕਿ ਕਿਵੇਂ ਉਹ ਰਾਤ ਸਮੇਂ ਸਾਰਾ ਕੁਛ ਬੰਦ ਕਰਕੇ ਲੋਕ ਲਗਾ ਕੇ ਹਰ ਰੋਜ਼ ਦੀ ਤਰ੍ਹਾਂ ਗਿਆ ਸੀ, ਅਤੇ ਇਸ ਸ਼ੋਰੂਮ ਦੇ ਵਿੱਚ ਸੀਸੀਟੀਵੀ ਕੈਮਰੇ ਵੀ ਲੱਗੇ ਹੋਏ ਸੀ। ਦੱਸਿਆ ਜਾ ਰਿਹਾ ਹੈ ਕਿ ਕਿਸ ਤਰ੍ਹਾਂ ਦੇ ਨਾਲ ਅੱਧੀ ਰਾਤ ਨੂੰ ਇੱਥੇ ਦਾਖਲ ਹੋ ਕੇ ਤਿੰਨ ਨਹੀਂ ਸਗੋਂ ਪੰਜ ਬੁਲਟ ਮੋਟਰਸਾਈਕਲ ਚੋਰੀ ਕੀਤੇ ਗਏ ਨੇ। ਨਾਮ ਅਸ਼ੀਸ਼ ਜੀ, ਕੀ ਗੱਲਬਾਤ ਹੋਈ ਆ? ਕਿੰਨੀ ਕੁ ਕੀਮਤ ਸੀ ਇਹਨਾਂ ਦੀ? ਅੱਛਾ ਜੀ, ਤੇ ਕੋਈ ਸੀਸੀਟੀਵੀ ਕੈਮਰੇ 'ਚ ਆਈ ਹੈ? ਪੁਲਿਸ ਨੂੰ ਕੰਪਲੇਂਟ ਕਰਤੀ? ਤੇ ਹੁਣ ਤੁਸੀਂ ਕੀ ਮੰਗ ਕਰਦੇ ਆ? ਜਾਂ ਤਾਂ ਇਹਨਾਂ ਚੋਰਾਂ ਨੂੰ ਪੁਲਿਸ ਅਤੇ ਕਾਨੂੰਨ ਦਾ ਕੋਈ ਡਰ ਨਹੀਂ, ਜਾਂ ਫਿਰ ਬੁਲਟ ਦੇ ਨਾਲ ਇੰਨਾ ਪਿਆਰ ਹੈ ਕਿ ਉਹ ਆਪਣੀ ਜਾਨ ਵੀ ਖਤਰੇ 'ਚ ਪਾਉਣ ਨੂੰ ਤਿਆਰ ਹੋ ਗਈ।
ਇਹ ਸਾਰਾ ਮਾਮਲਾ ਨਕੋਦਰ ਦੇ ਵਿੱਚ ਸਥਿਤ ਇੱਕ ਸ਼ੋਰੂਮ ਦੇ ਵਿੱਚ ਘਟਿਤ ਹੋਇਆ। ਨਕੋਦਰ ਦੇ ਵਿੱਚ ਚੋਰਾਂ ਦੇ ਵੱਲੋਂ ਇੱਕ ਵੱਡਾ ਹੱਥ ਮਾਰਿਆ ਗਿਆ। CCTV ਦੇ ਵਿੱਚ ਉਹ ਸਾਰੀ ਘਟਨਾ ਕੈਦ ਹੋ ਗਈ, ਜਿਸ ਤਰੀਕੇ ਦੇ ਨਾਲ ਪੰਜ ਪੰਜ ਬੁਲੇਟ ਮੋਟਰਸਾਈਕਲਾਂ ਨੂੰ ਚੋਰੀ ਕਰਕੇ ਲਿਜਾਇਆ ਗਿਆ। ਤਸਵੀਰਾਂ ਨਕੋਦਰ ਦੇ ਸ਼ੰਕਰ ਰੋਡ ਦੇ ਵਿੱਚ ਸਥਿਤ ਬੁਲੇਟ ਸ਼ੋਰੂਮ ਦੀਆਂ ਇਹ ਦੱਸੀਆਂ ਜਾ ਰਹੀਆਂ ਨੇ। ਦੱਸ ਦਈਏ ਤੁਹਾਨੂੰ ਕਿ ਰਾਤ ਦੇ ਸਮੇਂ ਇੱਕ ਨਹੀਂ ਦੋ ਨਹੀਂ ਸਗੋਂ ਪੰਜ ਪੰਜ ਬੁਲੇਟ ਮੋਟਰਸਾਈਕਲ ਚੋਰੀ ਕੀਤੇ ਗਏ ਨੇ। ਪੰਜਾਬ ਦੇ ਵਿੱਚ ਲਗਾਤਾਰ ਚੋਰੀਆਂ ਦਾ ਸਿਲਸਿਲਾ ਵੱਧਦਾ ਹੀ ਜਾ ਰਿਹਾ ਹੈ। ਅਗਰ ਸਮੇਂ ਰਹਿੰਦੇ ਇਹਨਾਂ 'ਤੇ ਠੱਲ ਨਾ ਪਾਈ ਗਈ ਤਾਂ ਲੋਕਾਂ ਦਾ ਪੁਲਿਸ ਤੋਂ ਯਕੀਨ ਉੱਠ ਜਾਵੇਗਾ। ਫਿਲਹਾਲ ਇਸ ਸਾਰੇ ਮਾਮਲੇ ਦੇ ਵਿੱਚ CCTV ਨੂੰ ਚੰਗੀ ਤਰ੍ਹਾਂ ਖੰਗਾਲਿਆ ਗਿਆ। ਸ਼ੋਰੂਮ ਕਿਸ ਤਰ੍ਹਾਂ ਦੇ ਨਾਲ ਖੋਲ੍ਹ ਕੇ ਅੰਦਰ ਦਾਖਲ ਹੋਏ ਚੋਰ ਅਤੇ ਕਿਵੇਂ ਮੋਟਰਸਾਈਕਲ ਲੈ ਕੇ ਗਏ, ਉਹ ਸਾਰੀ ਘਟਨਾ ਕੈਮਰੇ ਦੇ ਵਿੱਚ ਕੈਦ ਹੋ ਚੁੱਕੀ ਹੈ। ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਅਤੇ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਬੁਲੇਟ ਬਰਾਮਦ ਕਰ ਲਏ ਜਾਣਗੇ ਅਤੇ ਚੋਰਾਂ ਨੂੰ ਵੀ ਫੜ ਲਿਆ ਜਾਵੇਗਾ। ਅਤੇ ਕਿ ਪੁਲਿਸ ਦੇ ਵੱਲੋਂ ਉਹ ਦੋ ਮੋਟਰਸਾਈਕਲ ਕਾਬੂ ਕਰ ਲਏ ਗਏ ਨੇ, ਜਿਹੜੇ ਕਿ ਚੋਰਾਂ ਦੇ ਵੱਲੋਂ ਸ਼ੋਰੂਮ ਤੋਂ ਚੋਰੀ ਕਰਨ ਤੋਂ ਬਾਅਦ ਨਜ਼ਦੀਕ ਖੇਤਾਂ ਦੇ ਵਿੱਚ ਹੀ ਛੱਡ ਦਿੱਤੇ ਗਏ ਸੀ। ਇਹ ਉਹ ਮੋਟਰਸਾਈਕਲ ਸੀ ਜਿਹੜੇ ਕਿ ਸ਼ੋਰੂਮ ਦੇ ਵਿੱਚ ਰਿਪੇਅਰ ਹੋਣ ਵਾਸਤੇ ਆਏ ਹੋਏ ਸੀ, ਅਤੇ ਬਾਕੀ ਦੇ ਬੁਲੇਟ ਜਿਹੜੇ ਨਵੇਂ ਸੀ ਉਹ ਤਿੰਨ ਲੈ ਕੇ ਚੋਰ ਫਰਾਰ ਹੋ ਗਏ ਨੇ, ਜਿਨ੍ਹਾਂ ਦੀ ਕੀਮਤ ਲੱਖਾਂ ਰੁਪਏ ਦੇ ਵਿੱਚ ਹੈ। ਰਾਤ ਦੇ ਸਮੇਂ ਕੀਤੀ ਗਈ ਇਹ ਚੋਰੀ ਚੋਰਾਂ ਦੀ ਬੇਖੌਫੀ ਦਿਖਾਉਂਦੇ ਨੇ ਕਿ ਕਿਸ ਤਰ੍ਹਾਂ ਦੇ ਨਾਲ ਉਹ ਬੇਖੌਫ ਹੋ ਕੇ ਆਸਾਨੀ ਦੇ ਨਾਲ ਕਿਸੇ ਵੀ ਥਾਂ 'ਤੇ ਵੜ ਜਾਂਦੇ ਨੇ ਅਤੇ ਚੋਰੀ ਕਰਕੇ ਆਰਾਮ ਨਾਲ ਚਲੇ ਜਾਂਦੇ ਨੇ। ਹੁਣ ਦੇਖਣਾ ਹੋਵੇਗਾ ਕਿ ਸਾਰੇ ਮਾਮਲੇ ਦੇ ਵਿੱਚ ਪੁਲਿਸ ਚੋਰਾਂ ਨੂੰ ਕਦੋਂ ਕਾਬੂ ਕਰਦੀ ਹੈ ਅਤੇ ਕਦੋਂ ਗੁਆਚੇ ਹੋਏ ਬੁਲੇਟ, ਚੋਰੀ ਕੀਤੇ ਹੋਏ ਬੁਲੇਟ ਬਰਾਮਦ ਕਰਕੇ ਵਾਪਸ ਸ਼ੋਰੂਮ ਦੇ ਮਾਲਕ ਨੂੰ ਸੌਂਪ ਦਿੰਦੀ ਹੈ। ਇੱਕ ਵਾਰੀ ਫਿਰ ਤੋਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਨਕੋਦਰ ਦੇ ਵਿੱਚ ਚੋਰਾਂ ਨੇ ਇੱਕ ਵੱਡਾ ਹੱਥ ਮਾਰਦੇ ਹੋਏ ਪੰਜ ਪੰਜ ਮੋਟਰਸਾਈਕਲ ਬੁਲੇਟ ਚੋਰੀ ਕੀਤੇ ਨੇ, ਜਿਸ ਦੀ ਸਾਰੀ ਘਟਨਾ CCTV ਦੇ ਵਿੱਚ ਕੈਦ ਹੋਣ ਤੋਂ ਬਾਅਦ ਮਾਮਲਾ ਪੁਲਿਸ ਦੇ ਕੋਲ ਪਹੁੰਚ ਗਿਆ। ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਨ ਤੋਂ ਬਾਅਦ ਜਾਂਚ ਜਾਰੀ ਹੈ ਅਤੇ ਕਿਹਾ ਜਾ ਰਿਹਾ ਕਿ ਜਲਦ ਹੀ ਚੋਰ ਬੁਲੇਟ ਸਮੇਤ ਕਾਬੂ ਕਰ ਲਏ ਜਾਣਗੇ। जब पंडित प्रवीण ज्योतिष जी के पास है आपकी हर समस्या का समाधान, तो फिर घबराने की क्या है बात। आपकी हर समस्या का समाधान करेंगे विश्व के नंबर वन ज्योतिष एवं स्वर्ण पदक विजेता पंडित प्रवीण ज्योतिष जी। अगर आप भी किसी समस्या का हल पाना चाहते हो तो आज ही करें संपर्क। अगर आप विदेश जाना चाहते हैं या वहां पक्का होना चाहते हैं, पति पत्नी में अनबन, मांगलिक दोष, अगर आपका प्यार आपको इग्नोर करता है, ग्रह कलेश, सौतन दुश्मन से छुटकारा, माता पिता को शादी के लिए राजी करना चाहते हैं, रूठे प्रेमी प्रेमिका को मनाना, या अगर आप किसी परेशानी में फंसे हैं, तो आज ही फोन करें पंडित प्रवीण ज्योतिष जी को। विश्व के नंबर वन पंडित प्रवीण ज्योतिष जी आपके एक फोन पर ही करेंगे समस्या का समाधान। अभी कॉल करने के लिए डायल करें +91 94 600 1669 0।